ਰਾਜਪੁਰਾ ਦੀ ਅਨਾਜ ਮੰਡੀ ਫੈਡਰੇਸ਼ਨ ਆਫ ਆਰਟੀ ਐਸੋਸੀਏਸ਼ਨ ਦੇ ਸੱਤੇ ਤਿੰਨ ਦਿਨਾਂ ਲਈ ਬੰਦ ਕੀਤਾ ਗਿਆ ਹੈ ਅੱਜ ਆਰਟੀ ਐਸੋਸੀਏਸ਼ਨ ਦੇ ਆਗੂਆਂ ਨੇ ਅਨਾਜ ਮੰਡੀ ਦੀਆਂ ਦੁਕਾਨਾਂ ਤੇ ਕਿਸਾਨੀ ਸਮਰਥਨ ਬਾਰੇ ਝੰਡੇ ਲਾਇਆ ਤੇ ਦੁਕਾਨਾਂ ਬੰਦ ਕਰਵਾ ਦਿੱਤੀਆਂ ਅਤੇ ਕਾਲੇ ਕਾਨੂੰਨ ਰੱਦ ਕਰੋ ਦਾ ਹੁਕਾ ਦਿੱਤਾ ਹੈ ਇਸ ਮੌਕੇ ਤੇ ਵੱਖ-ਵੱਖ ਆਗੂਆਂ ਦਾ ਕਹਿਣਾ ਹੈ ਕਿ ਜਦ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਤਦ ਤੱਕ ਇਹਨਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ ਅੱਜ ਸਾਡੀ ਫੈਡਰੇਸ਼ਨ ਆਫ ਆਰਥੀ ਐਸੋਸੀਏਸ਼ਨ ਵੱਲੋਂ ਸਾਨੂੰ ਕਾਲ ਆਈ ਸੀ 25 26 27 ਦੇ ਬੰਦ ਸੰਬੰਧੀ ਜੋ ਉਹਨਾਂ ਨੇ ਸਾਨੂੰ ਆਦੇਸ਼ ਕੀਤਾ ਸੀਗਾ ਕਿ 25 26 27 ਨੂੰ ਮੰਡੀ ਨੂੰ ਪੂਰਨ ਤੌਰ ਤੇ ਬੰਦ ਰੱਖ ਕੇ ਤੇ ਆਪਣੇ ਕੰਮਕਾਜ ਬੰਦ ਕਰਕੇ ਆਪਾਂ ਕਿਸਾਨਾਂ ਦੇ ਸਮਰਥਨ ਵਿੱਚ ਆਪਣੀ ਜਿਹੜੀ ਹੈ ਮੰਡੀ ਦਾ ਸਮਰਥਨ ਦੇਣਾ ਤੇ ਦੂਜਾ ਕਿਸਾਨੀ ਚੰਡੇ ਹਰ ਇੱਕ ਦੁਕਾਨ ਤੇ ਲਾ ਕੇ ਆਪਾਂ ਕਿਸਾਨਾਂ ਦਾ ਸਮਰਥਨ ਕਰੀਏ ਤੇ ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੀਏ ਤੁਹਾਡੀ ਮੰਡੀ ਹੈਗੀ ਹੈ ਲਾਲ ਸਾਹਿਬ ਕਿੰਨੇ ਦਾ ਕਿੰਨੇ ਦਿਨ ਵਾਸਤੇ ਬੰਦ ਰੱਖੀ ਹੈ ਅਸੀਂ ਇਹ ਮੰਡੀ 3 ਦਿਨ ਵਾਸਤੇ ਜਿੱਦਾਂ ਪੰਜਾਬ ਦੀ ਕਾਲ ਆਈ ਹੈ ਜੀ 25 26 27 3 ਦਿਨਾਂ ਦੀ ਕਾਲ ਆਈ ਹੈ ਬੁੱਧਵਾਰ ਤੱਕ ਮੰਡੀ ਬੰਦ ਹੈ ਸਾਡੀ ਅਸੀਂ ਪੂਰਨ ਤੌਰ ਤੇ ਮੰਡੀ ਨੂੰ ਬੰਦ ਰੱਖਾਂਗੇ ਬੰਦ ਰੱਖ ਕੇ ਅਸੀਂ ਕਿਸਾਨਾਂ ਦੇ ਸਮਰਥਨ ਦੇ ਵਿੱਚ ਆਪਣੀਆਂ ਦੁਕਾਨਾਂ ਤੇ ਕਿਸਾਨੀ ਝੰਡੇ ਲਾ ਕੇ ਕਿਸਾਨਾਂ ਨੂੰ ਸਮਰਥਨ ਦਵਾਂਗੇ ਜੀ ਪੂਰਾ ਸਰ ਤੁਸੀਂ ਦਿੱਲੀ ਵੀ ਜਾਓਗੇ ਕਿਸਾਨ ਸਮਰਥਨ ਦੇ ਵਿੱਚ ਬਿਲਕੁਲ ਅਸੀਂ ਇਥੋਂ ਆਰਤੀ ਐਸੋਸੀਏਸ਼ਨ ਤੋਂ ਆਪਣੀ ਮੈਨੇਜਮੈਂਟ ਵੱਲੋਂ ਵੱਡਾ ਇਕੱਠ ਲੈ ਕੇ ਕਾਰਾਂ ਦਾ ਕਾਫਲਾ ਲੈ ਕੇ ਉੱਥੇ ਪੁੱਜਾਂਗੇ ਤੇ ਅਸੀਂ ਕਿਸਾਨੀ ਝੰਡੇ ਲਾ ਕੇ ਉੱਥੇ ਉਹਨਾਂ ਦੇ ਸਮਰਥਨ ਦੇ ਵਿੱਚ ਆਰਤੀ ਐਸੋਸੀਏਸ਼ਨ ਵੱਲੋਂ ਪੂਰਨ ਤੌਰ ਤੇ ਸਮਰਥਨ ਲੈ ਕੇ ਉੱਥੇ ਬੰਦੇ ਲੈ ਕੇ ਪੁੱਜਾਂਗੇ ਜੀ ਤੇ ਜੈਨ ਸਾਹਿਬ ਉਹ ਬਾਰ-ਬਾਰ ਭਾਜਪਾ ਵਾਲੇ ਕਹਿ ਰਹੇ ਹੈ ਜਾਂ ਕੇਂਦਰ ਸਰਕਾਰ ਕਹਿ ਰਹੀ ਹੈ ਵੀ ਇਹ ਜਿਹੜੇ ਖੇਤੀ ਕਾਨੂੰਨ ਹੈਗੇ ਹੈ ਇਹ ਕਿਧਰਾਂ ਦੇ ਪੱਖ ਚ ਹੈ ਉਹ ਫਿਰ ਕਿਉਂ ਕਹਿ ਰਹੇ ਹੈ ਜੀ ਦੇਖੋ ਜੀ ਉੱਥੇ ਜਿਹੜੀਆਂ ਕਿਸਾਨ ਯੂਨੀਅਨ ਦੇ ਨੇਤਾ ਬੈਠੇ ਨੇ ਤੇ ਹੋਰ ਬੈਠੇ ਨੇ ਉਹ ਸਾਡੇ ਨਾਲੋਂ ਜ਼ਿਆਦਾ ਸਮਝਦਾਰ ਨੇ ਸਾਡੀ ਤੇ ਸਿਰਫ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਇਹੀ ਅਪੀਲ ਹੈ ਕਿ ਜਿੱਦਾਂ 700 ਤੋਂ ਵੱਧ ਸਾਡੇ ਕਿਸਾਨ ਭਰਾ ਉੱਥੇ ਮਰ ਚੁੱਕੇ ਨੇ ਜਿਨ੍ਹਾਂ ਦਾ ਜਾਨੀ ਨੁਕਸਾਨ ਹੋ ਚੁੱਕਿਆ ਹੈ ਅਸੀਂ ਆਪਣੇ ਵੱਲੋਂ ਪ੍ਰਧਾਨ ਮੰਤਰੀ ਜੀ ਨੂੰ ਇਹੀ ਅਪੀਲ ਕਰਦੇ ਆਂ ਕਿ ਕਿਸਾਨਾਂ ਦੀ ਸੁਣ ਕੇ ਇਸ ਚੀਜ਼ ਦਾ ਜਲਦ ਤੋਂ ਜਲ ਨਿਬਟਾਰਾ ਹੱਲ ਕੱਢਣਾ ਚਾਹੀਦਾ ਉਹਨਾਂ ਨੂੰ ਤਾਂ ਜੋ ਕਿਸੇ ਦਾ ਜਾਨੀ ਮਾਲੀਅਕੇ ਨੁਕਸਾਨ ਨਾ ਹੋਵੇ ਅੱਜ ਅਸੀਂ ਜ਼ਿਮੀਂਦਾਰਾਂ ਦਾ ਪ੍ਰੋਟੈਸਟ ਵਾਸਤੇ ਕਿਸਾਨ ਵੀਰਾਂ ਦਾ ਪ੍ਰੋਟੈਸਟ ਵਾਸਤੇ ਅਨਾਜ ਮੰਡੀ ਜਰੀਏ ਬੈਠੇ ਕਟਕਿੱਤਾ ਇੱਥੇ ਤੇ ਸਾਰੇ ਝੰਡੇ ਮੰਡੀ ਲਵਾਏ ਨੇ ਮੰਡੀ ਝੰਡੇ ਲਵਾਉਣ ਦਾ ਮਤਲਬ ਐਸੀ ਸਾਡੇ ਪੰਜਾਬ ਦੇ ਫੈਡਰੇਸ਼ਨ ਦੇ ਪ੍ਰਧਾਨ ਦਾ ਕਾਲ ਆਈ ਸੀ ਉਹਨਾਂ ਨੇ ਕਹੀ 25 26 27 ਨੂੰ ਮੰਡੀ ਬੰਦ ਰੱਖਣੀ ਹੈ ਕਿਸਾਨਾਂ ਦੇ ਸਮਰਥਨ ਵਾਸਤੇ ਸਾਡੇ ਕਿਸਾਨ ਵੀਰ ਕਾafi ਟਾਈਮ ਤੋਂ ਉੱਥੇ ਐਜੀਟੇਸ਼ਨ ਕਰ ਰਹੇ ਨੇ ਉਹਨਾਂ ਦੇ ਐਜੀਟੇਸ਼ਨ ਵਾਸਤੇ ਅਸੀਂ ਪ੍ਰੋਟੈਸਟ ਵਾਸਤੇ ਅਸੀਂ ਅੱਜ ਇਕੱਠੇ ਹੋਏ ਆਂ ਔਰ ਝੰਡੇ ਲਵਾਏ ਨੇ ਅਸੀਂ ਜਿਆ ਸਾਹਿਬ ਤੁਸੀਂ ਦਿੱਲੀ ਜਿਹੜੇ ਪ੍ਰੋਟੈਸਟ ਕਰ ਰਹੇ ਐ ਉਹਦੇ ਤੁਸੀਂ ਵੀ ਜਾਓਗੇ ਅਸੀਂ ਸਾਡਾ ਮੰਡੀ ਚੋ ਆਰਤੀ ਅਛੰਦੇ ਕਾਫੀ ਸਾਰੇ ਆਰਤੀ ਵੀਰ ਕਾਫੀ ਗੱਡੀਆਂ ਲੈ ਕੇ ਮਜ਼ਦੂਰੀ ਨਾਲ ਜਾਣਗੇ ਆਰਤੀ ਵੀ ਨਾਲ ਜਾਣਗੇ ਅੱਜ ਜਿਹੜੇ ਕਿਸਾਨ ਵੀਰ ਸਾਡੇ ਜਿਨ੍ਹਾਂ ਦੇ ਨਾਲ ਅਸੀਂ ਸੰਬੰਧੇ ਦਾ ਸਿੱਧੇ ਤੌਰ ਤੇ ਪਿਛਲੇ 60 70 ਦਿਨਾਂ ਤੋਂ ਬਾਰਡਰ ਤੇ ਡਟੇ ਹੋਏ ਨੇ ਅਸੀਂ ਪੂਰੀ ਆਰਤੀ ਐਸੋਸੀਏਸ਼ਨ ਪੰਜਾਬ ਫੈਡਰੇਸ਼ਨ ਦੀ ਐਸੋਸੀਏਸ਼ਨ ਤੇ ਸਭ ਤੋਂ ਪਹਿਲਾਂ ਤਾਂ 3 ਦਿਨਾਂ ਦੀ ਉਹਨਾਂ ਨੇ ਬੰਦ ਦੀ ਕਾਲ ਕੀਤੀ ਹੈਗੀ ਤੇ ਅਸੀਂ ਵੱਡੇ ਸਮਰਥ ਉਹਨਾਂ ਨੂੰ ਸਮਰਥਨ ਕਰਨ ਵਿੱਚ ਵੱਡੀ ਗਿਣਤੀ ਵਿੱਚ ਪਹਿਲਾਂ ਵੀ ਦਿੱਲੀ ਜਾ ਕੇ ਆਏ ਨੇ ਤੇ ਹੁਣ ਵੀ ਅਸੀਂ ਦਿੱਲੀ ਜਾ ਰਹੇ ਹਾਂ